ਸੰਧੂ ਹੈ ਜੀ, ਮੈਂ ਪਿੰਡ ਝੀਲ ਦੇ ਰਹਿਣ ਵਾਲਾ ਹਾਂ। ਕੀ ਪ੍ਰੋਗਰਾਮ ਸੀਗਾ ਜੀ ਅੱਜ? ਇਹ ਜੀ ਨੌਜਵਾਨਾਂ ਨੇ ਇੱਕ ਉਪਰਾਲਾ ਕੀਤਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਜਨਮ ਦਿਹਾੜੇ ਉੱਤੇ ਇੱਕ ਹਰਿਆਲੀ ਦਾ ਪ੍ਰੋਗਰਾਮ ਸ਼ੁਰੂ ਕੀਤਾ ਜੀ, ਜਿਹਦੇ ਨਾਲ ਸਾਰੇ ਪਿੰਡ ਦੇ ਵਿੱਚ, ਪਿੰਡ ਦੇ ਨੇੜੇ ਨੇੜੇ ਕਲੋਨੀਆਂ ਵਿੱਚ ਸੜਕਾਂ ਉੱਪਰ ਬੂਟੇ ਲਾ ਰਹੇ ਹਾਂ ਜੀ ਅਸੀਂ। ਅੱਜ ਤੋਂ ਅਸੀਂ ਉਦਘਾਟਨ ਕੀਤਾ ਜੀ, ਅੱਜ ਤੋਂ ਇਹ ਪ੍ਰੋਗਰਾਮ ਸ਼ੁਰੂ ਹੋ ਗਿਆ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੱਕ ਚੱਲੇਗਾ। ਕਿੰਨੇ ਕੁ ਬੂਟੇ ਦਾ ਪ੍ਰੋਗਰਾਮ ਸਾਡੇ ਕੋਲ ਜੀ? ਅਸੀਂ ਪਹਿਲਾਂ 550 ਬੂਟੇ ਲਾਵਾਂਗੇ, ਉਸ ਤੋਂ ਬਾਅਦ ਇਸ ਨੂੰ ਜਾਰੀ ਰੱਖਾਂਗੇ। ਉਹਦੇ ਵਾਸਤੇ ਸਾਡੇ ਨੌਜਵਾਨਾਂ ਦੀ ਅਸੀਂ ਇੱਕ ਕਮੇਟੀ ਬਣਾਈ ਹੈ, ਉਹ ਪੂਰਾ ਪਾਣੀ ਦਾ ਪ੍ਰਬੰਧ, ਉਸ ਕਮੇਟੀ ਨੂੰ ਅਸੀਂ ਜੋ ਵੀ ਸਾਡੇ ਵੱਲੋਂ ਉਪਰਾਲਾ ਹੋਏਗਾ ਉਹਨਾਂ ਨੂੰ ਖਰਚਾ ਦਿਆਂਗੇ।